ਹਸਬੈਂਡ ਨੇ ਤਾਂ ਆਪਣੇ ਦੋਸਤਾਂ ਤੋਂ ਸੁਣ ਕੇ ਕਿ ਪ੍ਰੋਗਰਾਮ ਇੱਦਾਂ ਵਰਕ ਕਰਦਾ ਹੈ, ਆਪਣੀ ਵਾਈਫ ਦੇ ਲਈ ਪ੍ਰੋਗਰਾਮ ਬਾਏ ਕਰਵਾ ਦਿੱਤਾ ਹੈ ਨਾ, ਕਿਉਂਕਿ ਵਾਈਫ ਹੈਗੀ ਓਵਰਵੇਟ ਅਤੇ ਉਹ ਸਟ੍ਰੈਸ 'ਚ ਰਹਿੰਦੀ ਸੀ ਕਿ ਮੈਂ ਤਾਂ ਭਾਰ ਘਟਾਉਣਾ ਮੈਂ ਤਾਂ ਭਾਰ ਘਟਾਉਣਾ। ਸੋ ਹਸਬੈਂਡ ਨੇ ਲੈ ਤਾ, ਠੀਕ ਹੈ, ਜਿੱਦਾਂ ਉਹਦੇ ਫਰੈਂਡ ਕਹਿੰਦੇ ਸੀਗੇ। ਵਾਈਫ ਨੇ ਕਰਨਾ ਸ਼ੁਰੂ ਕੀਤਾ ਬਟ ਉਹਨੂੰ ਕੋਈ ਇਫੈਕਟ ਨਹੀਂ ਹੋਇਆ। ਹੁਣ ਹਸਬੈਂਡ ਦੀ ਇੰਟੈਂਸ਼ਨ ਤਾਂ ਚੰਗੀ ਸੀ ਨਾ, ਉਹਨੇ ਕੇਅਰ ਕੀਤੀ ਹੈ ਨਾ, ਉਹਨੇ ਵਾਈਫ ਦੀ ਗੱਲ ਸੁਣੀ ਕਿ ਹਾਂ ਇਸ ਸਟ੍ਰੈਸ 'ਚ ਰਹਿੰਦੀ ਆ, ਇਹਨੂੰ ਭਾਰ ਘਟਾਉਣਾ ਇਸ਼ੂ ਹੈਗਾ ਆ, ਚਲੋ ਉਹਦਾ ਭਾਰ ਘਟਵਾ ਦਿੰਦੇ, ਬਟ ਉਹ ਕੰਮ ਨਹੀਂ ਕੀਤਾ। ਠੀਕ ਆ, ਵਾਈਫ ਹੋਰ ਡਿਸਅਪੋਇੰਟਡ ਹੋ ਗਈ, ਇਹ ਵੀ ਨੋਰਮਲ ਗੱਲ ਆ। ਠੀਕ, ਹੁਣ ਜਦੋਂ ਆਪਾਂ ਕਹਿੰਦੇ ਹਾਂ ਕਿ ਮੇਰੇ ਹਸਬੈਂਡ ਨਹੀਂ ਮੰਨਦੇ, ਹਸਬੈਂਡ ਵਿਚਾਰੇ ਕੀ ਕਰਨ, ਉਹ ਵੀ ਇੱਦਾਂ ਡਿਸਅਪੋਇੰਟ ਹੀ ਹੋਏ ਆ, ਉਹ ਕਿੱਥੋਂ ਮੰਨ ਜਾਣਗੇ, ਹੈ ਨਾ। ਦੇਖੋ ਉਸ ਹਸਬੈਂਡ ਨੇ ਆਪਣੇ ਫਰੈਂਡਸ ਦੀਆਂ ਗੱਲਾਂ ਸੁਣੀਆਂ, ਉਹਨਾਂ ਫਰੈਂਡਸ ਦੀਆਂ ਗੱਲਾਂ ਦੱਸੀਆਂ ਵੀ ਇੱਦਾਂ ਦਾ ਕੰਮ ਕਰਦਾ ਜੀ ਇਹ, ਤਾਂ ਤੁਸੀਂ ਇਹ ਟਰਾਈ ਕਰ ਲਓ, ਹੈ ਨਾ। ਅਤੇ ਇੱਦਾਂ ਹੀ ਹੁਣ ਤੁਸੀਂ ਹੈਗੀਆਂ, ਤੁਸੀਂ ਸਾਨੂੰ ਵਾਚ ਕਰਦੇ ਹਾਂ, ਸਾਡੀ ਟਿਕਟੋਕਸ ਵਾਚ ਕਰਦੇ ਹਾਂ, ਸਾਡੇ ਰਿਜ਼ਲਟਸ ਦੇਖਦੇ ਹੈਗੇ, ਤੁਹਾਨੂੰ ਸਾਡੇ 'ਤੇ ਬਿਲੀਵ ਹੈਗਾ। ਹੁਣ ਹਸਬੈਂਡ ਵਿਚਾਰੇ ਨੂੰ ਥੋੜ੍ਹੀ ਪਤਾ ਕਿ ਸਾਡਾ ਕੀ ਪ੍ਰੋਗਰਾਮ ਹੈਗਾ, ਅਸੀਂ ਕਿੱਦਾਂ ਵੇਟ ਲੋਸ ਕਰਵਾਉਂਦੇ ਹਾਂ, ਸਾਡੇ ਵਿੱਚ ਕੀ ਹੁੰਦਾ, ਮੀਲ ਰਿਪਲੇਸਮੈਂਟ ਨਹੀਂ ਹੁੰਦੀ, ਫਾਸਟਿੰਗ ਨਹੀਂ ਕਰਵਾ ਦੀ, 3 ਟਾਈਮ ਦਾ ਮੀਲ ਦੇਈਦਾ, ਉਹਨਾਂ ਵਿਚਾਰਿਆਂ ਨੂੰ ਤਾਂ ਨਹੀਂ ਪਤਾ ਨਾ। ਇਹ ਤਾਂ ਅਸੀਂ ਉਹਨਾਂ ਨੂੰ ਦੱਸਾਂਗੇ, ਉਹਨਾਂ ਨੂੰ ਵੀਡੀਓਸ ਦਿਖਾਵਾਂਗੇ, ਤਾਂ ਹੀ ਉਹਨਾਂ ਨੂੰ ਬਿਲੀਵ ਵੀ ਹੋਊਗਾ ਜਿੱਦਾਂ ਤੁਹਾਨੂੰ ਬਿਲੀਵ ਹੋਇਆ। ਇਹ ਹੁਣ ਉਹਨਾਂ ਦੇ ਨਾਲ ਗੱਲ ਕਰਕੇ ਤਾਂ ਸੌਰਟ ਆਊਟ ਹੋਣਾ ਆ, ਉੱਦਾਂ ਹੀ ਨਹੀਂ ਆਪਾਂ ਕਹਿ ਸਕਦੇ ਕਿ ਸਾਡੇ ਹਸਬੈਂਡ ਨਹੀਂ ਮੰਨਦੇ। ਹਸਬੈਂਡ ਨਹੀਂ ਮੰਨਣਗੇ, ਉਹਨਾਂ ਦੇ ਪੁਆਇੰਟ ਆਫ ਵਿਊ ਨੂੰ ਵੀ ਦੇਖੋ ਨਾ ਵਿਚਾਰਿਆਂ ਦੇ, ਉਹ ਆਪਣੀ ਜਗ੍ਹਾ 'ਤੇ ਬਿਲਕੁਲ ਸਹੀ ਆ, ਜਿੱਦਾਂ ਤੁਸੀਂ ਆਪਣੀ ਜਗ੍ਹਾ 'ਤੇ ਬਿਲਕੁਲ ਸਹੀ ਆ, ਇੱਦਾਂ ਉਹ ਵੀ ਆਪਣੀ ਜਗ੍ਹਾ 'ਤੇ ਬਿਲਕੁਲ ਸਹੀ ਆ। ਸੋ ਸਾਨੂੰ ਉਹਨਾਂ ਦੇ ਨਾਲ ਕਮਿਊਨੀਕੇਟ ਕਰਕੇ ਅਤੇ ਉਹਨਾਂ ਨੂੰ ਸਮਝਾਉਣਾ ਪੈਣਾ ਹੈ, ਤਾਂ ਗੱਲ ਬਣਨੀ ਆਪਣੀ। ਅਤੇ ਦੂਸਰੀ ਗੱਲ ਪਤਾ ਕੀ ਆ, ਆਪਾਂ ਜਿੰਨਾ ਮਰਜ਼ੀ ਕਹਿ ਲਏ ਹਸਬੈਂਡ ਨੂੰ ਪੁੱਛ ਕੇ ਕਰ ਦੱਸਦੀਆਂ ਜਾਂ ਦੱਸਦੀਆਂ, ਆਪਾਂ ਕੋਈ ਕੰਮ ਹਸਬੈਂਡ ਨੂੰ ਪੁੱਛ ਕੇ ਕਰੀਦਾ ਨਹੀਂ, ਸਲਾਹ ਉਹਨੂੰ ਪੁੱਛੀਦਾ, ਪੁੱਛੀਦਾ ਕਹਿਣੇ ਨੂੰ ਤਾਂ ਅਸੀਂ ਪੁੱਛੀਦਾ, ਬਟ ਉਹ ਹੁੰਦਾ ਉਹਨੂੰ ਦੱਸਣਾ ਆ। ਠੀਕ ਆ, ਐਟ ਦੀ ਐਂਡ ਉਹ ਉਹਦਾ ਦੱਸਣਾ ਹੀ ਨਿਕਲ ਜਾਂਦਾ, ਜਦੋਂ ਉਹ ਕਹਿੰਦਾ ਮੈਂ ਤਾਂ ਤੂੰ ਤਾਂ ਮੇਰੇ ਤੋਂ ਪੁੱਛਦੀ ਸੀ, ਫਿਰ ਆਪਾਂ ਕਹਿੰਦੇ ਨਹੀਂ ਮੈਂ ਪੁੱਛਦੀ ਨਹੀਂ ਸੀ, ਮੈਂ ਤੁਹਾਨੂੰ ਦੱਸਦੀ ਸੀ। ਸੋ ਦੈਟ ਵੇ, ਹੈ ਨਾ। ਹੁਣ ਹਸਬੈਂਡ ਸਾਨੂੰ ਕੱਪੜੇ ਲੈਣ ਤੋਂ ਵੀ ਮਹਿੰਗੇ ਕਰ ਰੋਕਦੇ ਹੀ ਹੈ ਨਾ, ਕਿ ਇੰਨਾ ਮਹਿੰਗਾ ਸੂਟ ਲੈ ਲੈ ਕੇ ਰੱਖੀ ਜਾਂਦੀ ਤੂੰ ਪਾਉਂਦੀ ਹੈ ਨਹੀਂ, ਅਸੀਂ ਬੰਦ ਕਰ ਦਿੰਦੇ ਲੈਣਾ, ਨਹੀਂ ਅਸੀਂ ਲੈਂਦੇ ਹਾਂ, ਸਾਡਾ ਸ਼ੌਂਕ ਆ, ਅਸੀਂ ਸ਼ੌਂਕ ਆਪਣਾ ਥੋੜ੍ਹੀ ਮਾਰੀਦਾ, ਹੈ ਨਾ, ਫਿਰ ਇਹੀ ਕਹੀਦਾ ਇਹੀ ਮੇਰਾ ਸ਼ੌਂਕ ਹੈ ਮੈਂ ਲੈਣਾ ਹੈ, ਕਾਇੰਡ ਆਫ, ਹੈ ਨਾ। ਹਸਬੈਂਡ ਨੂੰ ਵਿਚਾਰੇ ਨੂੰ ਸਮਝਣਾ ਪੈਂਦਾ ਹੈ, ਅਤੇ ਹਸਬੈਂਡ ਨੂੰ ਸਾਨੂੰ ਵੀ ਸਮਝਣਾ ਪੈਂਦਾ। ਮੁੱਖ ਦੀ ਗੱਲ ਇਹ ਹੈ ਵੀ ਸਾਨੂੰ ਵੀ ਗੱਲਬਾਤ ਕਰਨੀ ਪੈਣੀ ਹੈ ਹਸਬੈਂਡ ਦੇ ਨਾਲ, ਦੈਟਸ ਆਲ। ਠੀਕ ਹੈ।